केपीडी न्यूज, हक सच और इंसाफ की आवाज। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਸਰਦਾਰ ਬਖਤਾਵਰ ਸਿੰਘ ਨੇ ਨਿਵੇਕਲੀ ਪਹਿਲ ਕਰਦੇ ਹੋਏ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧਿਤ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਸਬਜ਼ੀ ਮੰਡੀ ਫਗਵਾੜਾ ਵਿਖੇ ਮਿਸ਼ਨ ਨੋ ਪੋਲੀਥੀਨ ਬੈਗਜ਼ ਇਨ ਫਗਵਾੜਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਹਨਾਂ ਸੰਸਥਾ ਦੇ ਪ੍ਰਧਾਨ ਸ਼੍ਰੀਮਤੀ ਗਗਨਦੀਪ ਕੌਰ ਨਾਲ ਸਬਜ਼ੀ ਮੰਡੀ ਵਿੱਚ ਲੋਕਾਂ ਨੂੰ ਕੱਪੜੇ ਦੇ ਕੈਰੀ ਬੈਗ ਮੁਫਤ ਵੰਡ ਕੇ ਉਹਨਾਂ ਨੂੰ ਪੋਲੀਥੀਨ ਦੀ ਵਰਤੋਂ ਬੰਦ ਕਰਨ ਦੀ ਅਪੀਲ ਕੀਤੀ। ਖਾਸ ਗੱਲ ਇਹ ਰਹੀ ਕਿ ਜਿਹੜੇ ਲੋਕ ਪੋਲੀਥੀਨ ਵਿੱਚ ਸਬਜ਼ੀਆਂ ਲੈ ਕੇ ਜਾ ਰਹੇ ਸਨ, ਕਮਿਸ਼ਨਰ ਸਰਦਾਰ ਬਖਤਾਵਰ ਸਿੰਘ ਨੇ ਖੁਦ ਉਹਨਾਂ ਦੀਆਂ ਸਬਜ਼ੀਆਂ ਪੋਲੀਥੀਨ ਵਿੱਚੋਂ ਕਢਵਾ ਕੇ ਕੈਰੀ ਬੈਗ ਵਿੱਚ ਪਾਈਆਂ। ਫਗਵਾੜਾ ਤੋਂ ਅਸ਼ੋਕ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਮਿਸ਼ਨ ਨੋ ਪੋਲੀਥੀਨ ਬੈਗਸ ਦੇ ਤਹਿਤ ਸਬਜ਼ੀ ਮੰਡੀ ਤੋਂ ਆਪਣਾ ਮਿਸ਼ਨ ਸ਼ੁਰੂ ਕੀਤਾ। ਇਹ ਮਿਸ਼ਨ ਬੇਸਿਕਲੀ ਨਵਾਂ ਸ਼ਹਿਰ ਬੇਸਡ ਐਨ ਜੀ ਓ ਹੈ, BWCC ਓਵਰਥ ਚਾਈਲਡ ਕਲੱਬ। ਓਵਰਥ ਚਾਈਲਡ ਕਲੱਬ ਉਹ ਐਸੋਸੀਏਸ਼ਨ ਹੈ ਜਿਹਨੇ ਨਵਾਂ ਸ਼ਹਿਰ ਦੇ ਵਿੱਚ ਨਵਾਂ ਸ਼ਹਿਰ ਨੂੰ ਬਾਲ ਭਿਕਸ਼ਾ ਮੁਕਤ ਕਰਾਇਆ। ਉੱਥੇ ਕੋਈ ਵੀ ਬੱਚਾ ਜਿਹੜਾ ਹੈਗਾ ਅੱਜ ਦੀ ਤਰੀਕ ਦੇ ਵਿੱਚ ਭੀਕ ਨਹੀਂ ਮੰਗਦਾ। ਸਾਰੇ ਬੱਚੇ ਜਿਹੜੇ ਹੈਗੇ ਨੇ ਜਿਹੜੇ ਭੀਕ ਮੰਗਦੇ ਸੀਗੇ ਉਹ ਸਕੂਲ 'ਚ ਜਾ ਰਹੇ ਨੇ। ਸੋ ਉਹ ਬੜੀ ਕਮਿਟਡ ਆਰਗੇਨਾਈਜੇਸ਼ਨ ਹੈ, ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਹੈ ਕਿ ਕਿਉਂਕਿ ਪੋਲੀਥੀਨ ਜਿਹੜਾ ਹੈਗਾ ਆ ਇਹ ਸਭ ਤੋਂ ਜ਼ਿਆਦਾ ਗੰਦਗੀ ਦਾ ਕਾਰਨ ਹੈਗਾ। ਸਵੱਛ ਭਾਰਤ ਮਿਸ਼ਨ ਦੇ ਤਹਿਤ ਜਿਹੜਾ ਹੈਗਾ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਜਿਹੜਾ ਹੈਗਾ ਸਾਡਾ ਇੱਥੇ ਸਹਿਯੋਗ ਕਰੋ। ਉਹਨਾਂ ਨੇ ਘੱਟੋ ਘੱਟ ਹਾਫ ਜੂਟ ਜਿਹੜਾ ਹੈਗਾ ਉਹਦੇ 3000 ਬੈਗ ਜਿਹੜੇ ਹੈ ਉਹ ਬਣਾਏ। ਅਸੀਂ ਅੱਜ ਮੰਡੀ ਤੋਂ ਸ਼ੁਰੂਆਤ ਕੀਤੀ ਹੈ ਕਿ ਅਵੇਅਰਨੈਸ ਦੇ ਨਾਲ ਨਾਲ ਲੋਕਾਂ ਦੇ ਵਿੱਚ ਅਸੀਂ ਉਹ ਬੈਗ ਵੰਡੇ ਨੇ ਕਿ ਉਹਨਾਂ ਬੈਗਸ ਦੇ ਵਿੱਚ ਆਪਣੀ ਸਬਜ਼ੀ ਆਪਣੇ ਫਲ ਜਿਹੜੇ ਹੈਗੇ ਆ ਉਹ ਲੈ ਕੇ ਜਾਣ, ਉਹ ਪੋਲੀਥੀਨ ਯੂਜ ਨਾ ਕਰਨ। ਉਸ ਤਹਿਤ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਔਰ ਸ਼ਾਮ ਨੂੰ ਅੱਜ ਜਿਹੜਾ ਹੈਗਾ ਬਹੁਤ ਵੱਡੀ ਮਾਰਕੀਟ ਲੱਗਦੀ ਆ ਸਟਾਰਚ ਮਿਲ ਦੇ ਸਾਹਮਣੇ, ਸ਼ਾਮ ਨੂੰ ਜਿਹੜਾ ਹੈਗਾ ਉਹ ਬੈਗ ਉੱਥੇ ਵੰਡਾਂਗੇ। ਉਸ ਤੋਂ ਬਾਅਦ ਜਿਹੜੇ ਬੈਗ ਜਿਹੜੇ ਹੈਗੇ ਕੱਲ੍ਹ ਸ਼ਾਮ ਨੂੰ ਇਹ ਵੰਡੇ ਜਾਣਗੇ ਉੱਥੇ ਆਪਣੀ ਮਿੱਲ ਹੈ ਜਿਹੜੀ ਕੋਟਨ ਮਿੱਲ ਹੈ ਉਹਦੇ ਸਾਹਮਣੇ ਬਹੁਤ ਵੱਡੀ ਮਾਰਕੀਟ ਹੈ ਉੱਥੇ ਵੰਡੇ ਜਾਣਗੇ। ਲੋਕਾਂ ਨੂੰ ਅਪੀਲ ਕੀਤੀ ਜਾਏਗੀ ਕਿ ਇਹ ਬੈਗ ਜਿਹੜੇ ਹੈਗੇ ਆ ਤਾਂ ਤੁਸੀਂ ਲੈ ਲਓ, ਪਰ ਜਿਹੜੀ ਹੈਗੀ ਆ ਸਾਡਾ ਸਹਿਯੋਗ ਕਰੋ, ਤੁਸੀਂ ਆਪੋ ਆਪਣੇ ਘਰਾਂ ਤੋਂ ਬੈਗ ਲੈ ਕੇ ਅਤੇ ਫਿਰ ਜਿਹੜੀ ਹੈਗੀ ਸਬਜ਼ੀ ਅਤੇ ਆਪਣੇ ਫਲ ਫਰੂਟ ਦੀਆਂ ਚੀਜ਼ਾਂ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਉਹ ਲੈ ਕੇ ਜਾਓ। ਅਦਰਵਾਈਜ਼ ਜਿਹੜੇ ਪੋਲੀਥੀਨ ਬੈਗਸ ਨੇ ਇਹ ਦੋ ਬਹੁਤ ਵੱਡੇ ਨੁਕਸਾਨ ਕਰਦੇ ਨੇ। ਇੱਕ ਤਾਂ ਸਿਹਤ, ਸਾਰਿਆਂ ਨੂੰ ਪਤਾ ਕਿ ਇਹ ਵੱਡੀਆਂ ਜਿਹੜੀਆਂ ਹੈਗੀਆਂ ਨਾ ਮੁਰਾਦ ਬਿਮਾਰੀਆਂ ਉਹਨਾਂ ਦਾ ਕਾਰਨ ਬਣਦੇ ਆ। ਨੰਬਰ ਦੋ, ਪੋਲੀਥੀਨ ਦਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਹੈ ਗੰਦਗੀ ਦੀ ਫੈਲਾਉਣ ਵਿੱਚ ਉਹ ਪੋਲੀਥੀਨ ਹੈ, ਕਿਉਂਕਿ ਪੋਲੀਥੀਨ ਜਿਹੜਾ ਹੈਗਾ ਗਲਦਾ ਨਹੀਂ ਗਾ। ਪੋਲੀਥੀਨ ਦੇ ਨਾਲ ਸਾਰਾ ਸੀਵਰੇਜ ਜਿਹੜਾ ਜੋ ਬਲੋਕੇਜ ਹੁੰਦੀ ਹੈ ਪਾਣੀ ਦੀ ਬਲੋਕੇਜ ਹੁੰਦੀ ਹੈ ਉਹ ਪੋਲੀਥੀਨ ਹੀ ਆਵੇਗੀ। ਸੋ ਸਾਨੂੰ ਦੋ ਵੱਡੇ ਫਾਇਦੇ ਹੋਣਗੇ ਜੇ ਅਸੀਂ ਪੋਲੀਥੀਨ ਫਗਵਾੜਾ ਮੁਕਤ ਕਰਨ ਦੇ ਵਿੱਚ ਕਾਮਯਾਬ ਹੋ ਜਾਂਗੇ। ਇਨਸ਼ਾਅੱਲਾ ਤੁਰ ਪਏ ਹਾਂ ਤੁਹਾਡੇ ਸਹਿਯੋਗ ਦੇ ਨਾਲ, ਉਹ ਜ਼ਰੂਰ ਅਸੀਂ ਕਾਮਯਾਬ ਹੋ। ਤੁਸੀਂ ਇਸ ਸੰਬੰਧ ਵਿੱਚ ਸ਼ਹਿਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਸ਼ਹਿਰ ਵਾਸੀਆਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਅਸੀਂ ਬੈਕ ਆਪਣੀ ਵੱਲ ਜਿਹੜੀ ਹੈਗੀ ਆ ਝਾਤੀ ਮਾਰੀਏ ਕਿ ਅੱਜ ਤੋਂ 20 ਸਾਲ ਪਹਿਲਾਂ ਜਿਹੜੇ ਹੈਗੇ ਆ
30 ਸਾਲ ਪਹਿਲਾਂ ਪੋਲੀਥੀਨ ਦੇ ਲਿਫਾਫੇ ਨਹੀਂ ਸੀ ਹੁੰਦੇ, ਸਾਰੇ ਲੋਕ ਚਾਹੇ ਉਹ ਵੱਡਾ ਸੀ ਛੋਟਾ ਸੀਗਾ, ਘਰੋਂ ਆਪਣਾ ਜਿਹੜਾ ਸੀਗਾ ਉਹ ਝੋਲਾ ਲੈ ਕੇ ਜਾਂਦਾ ਸੀਗਾ, ਸਬਜ਼ੀ ਵੀ ਸੌਦੇ ਦੇ ਆਪਣਾ ਝੋਲਾ ਲੈ ਕੇ ਜਾਂਦਾ ਸੀਗਾ, ਅਤੇ ਸਾਡੇ ਜਿਹੜੇ ਸੀਗੇ ਪੋਲਿਊਸ਼ਨ ਫਰੀ ਸਾ ਸੀ, ਅਸੀਂ ਜਿਹੜੇ ਹੈਗੇ ਆ ਸਾਡੀਆਂ ਜਿਹੜੇ ਸੀਵਰੇਜ ਸੀਗੇ ਚੰਗੇ ਭਲੇ ਚੱਲਦੇ ਸੀਗੇ। ਤੋ ਮੈਂ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਤੁਸੀਂ ਜਿਹੜਾ ਹੈਗਾ ਪੋਲੀਥੀਨ ਨੂੰ ਤਿਆਗ ਕੇ ਜਿਹੜਾ ਆਪਣੀ ਟ੍ਰੈਡੀਸ਼ਨਲ ਜਿਹੜੀ ਸਾਡੀ ਜਿਹੜੀ ਹੈਗੀ ਹੈ ਪੈਕਿੰਗ ਹੈ ਝੋਲੇ ਹੈ ਜਿਹੜੇ ਹੈਗੇ ਉਹਨਾਂ ਨੂੰ। ਮੇਰਾ ਨਾਮ ਗਗਨਦੀਪ ਕੌਰ ਹੈ। ਗਗਨਦੀਪ ਕੌਰ ਜੀ, ਕਿਹੜੀ ਐਨ ਜੀ ਓ ਤੁਸੀਂ ਚਲਾ ਰਹੇ ਹੋ? ਕੀ ਉਹਦੇ 'ਚ ਕੀ ਹੈ ਉਪਰਾਲੇ ਕਰ ਰਹੇ? ਉਹਦੇ ਵਿੱਚ ਬਸ ਮੇਰਾ ਇੱਕ ਹੀ ਉਪਰਾਲਾ ਹੈ ਕਿ ਜੋ ਬੱਚੇ ਭੁੱਖਿਆ ਮੰਗਦੇ ਨੇ ਜਾਂ ਬੱਚੇ ਕੂੜਾ ਕਬਾੜ ਚੁੱਕਦੇ ਨੇ ਉਹਨਾਂ ਨੂੰ ਸਕੂਲ ਤੱਕ ਪਹੁੰਚਾਉਣਾ, ਬਸ ਇਹ ਮੇਰਾ ਛੋਟੀ ਜਿਹੀ ਕੋਸ਼ਿਸ਼ ਹੈ ਕਿ ਬੱਚੇ ਸਾਰੇ ਸਕੂਲ ਜਾਣ, ਜਿਸ ਤਰ੍ਹਾਂ ਬਾਕੀ ਆਮ ਬੱਚੇ ਜਾਂਦੇ ਨੇ ਪੜ੍ਹਨ ਵਾਸਤੇ, ਇੱਦਾਂ ਹੀ ਮੇਰੇ ਬੱਚੇ ਵੀ ਸਕੂਲ। ਜਿਹੜਾ ਪਹਿਲਾ ਪ੍ਰੋਜੈਕਟ ਤੋਂ ਸ਼ੁਰੂ ਕੀਤਾ ਸੀ, ਕਿਹੜੀ ਜਗ੍ਹਾ ਤੋਂ ਸਟਾਰਟ ਕੀਤਾ? ਨਵਾਂ ਸ਼ਹਿਰ 'ਚ ਕੀਤਾ ਸੀ। ਕਿੰਨੇ ਬੱਚੇ ਇਸ ਟਾਈਮ? ਨਵਾਂ ਸ਼ਹਿਰ 290 ਤੋਂ ਵੀ ਜ਼ਿਆਦਾ ਬੱਚੇ ਜਿਹੜੇ ਸਕੂਲ ਜਾ ਚੁੱਕੇ ਨੇ, ਔਰ ਨਵਾਂ ਸ਼ਹਿਰ 'ਚ ਕੋਈ ਵੀ ਬੱਚਾ ਤੁਹਾਨੂੰ ਬਾਲ ਭਿੱਖਿਆ ਮੰਗਦਾ ਨਹੀਂ ਮਿਲੇਗਾ, ਔਰ ਨਾ ਹੀ ਕੂੜਾ ਕਬਾੜ। ਅਤੇ ਇਹਨਾਂ ਲਈ ਜਿਹੜਾ ਖਰਚਾ ਪਾਣੀ ਹੈ, ਜੋ ਸਕੂਲ ਪੜ੍ਹਦੇ ਆ ਰਹਿਣ ਦਾ ਸਹਿਣ ਦਾ ਸਾਰਾ ਖਰਚਾ ਕੌਣ ਕਰਦਾ ਹੈ? ਗੌਰਮੈਂਟ ਸਕੂਲ 'ਚ ਤਾਂ ਤੁਹਾਨੂੰ ਫ੍ਰੀ ਐਜੂਕੇਸ਼ਨ ਹੈ, ਜਿਹੜੇ ਪ੍ਰਾਈਵੇਟ ਸਕੂਲ ਨੇ ਉੱਥੇ ਉਹਨਾਂ ਨੇ ਮੈਨੂੰ ਕਿਹਾ ਵੀ ਸਕੂਲ ਯੂਨੀਫਾਰਮ ਵਗੈਰਾ ਤੁਸੀਂ ਲੈ ਦਿਓ, ਸਕੂਲ ਫੀਸ ਉਹਨਾਂ ਨੇ ਫ੍ਰੀ ਕੀਤੀ ਹੈ, ਅਤੇ ਬਾਕੀ ਮੈਂ ਪਾਰਟ ਟਾਈਮ ਕੰਮ ਵੀ ਕਰਦੀ ਹਾਂ ਅਤੇ ਬੈਡ ਦਾ ਵੀ ਸਟਾਰਟ ਕੀਤਾ ਹੋਇਆ, ਇਹ 'ਚ ਜਿਹੜੀ ਇਨਕਮ ਆਏਗੀ ਉਹ ਅਸੀਂ ਬੱਚਿਆਂ ਦੇ। ਅੱਜ ਪਕਵਾੜੇ ਤੁਹਾਡੇ ਤੁਸੀਂ ਇਹ ਮੁਹਿੰਮ ਦਾ ਆਗਾਜ਼ ਕਰਨ ਜਾ ਰਹੇ ਹੋ, ਅਤੇ ਪਹਿਲ ਤੁਹਾਡੀ ਕੀ ਹੋਵੇਗੀ? ਪਹਿਲ ਮੇਰੀ ਬੱਚਿਆਂ 'ਤੇ ਹੋਏਗੀ ਕਿ ਬੱਚੇ ਜਿਹੜੇ ਫਗਵਾੜਾ ਦੇ ਵਿੱਚ ਨੇ ਮੈਂ ਇੱਥੇ ਵੀ ਸੇਵਾ ਨਿਭਾਵਾਂ। ਮੈਂ ਪਿਛਲੇ ਨਵੰਬਰ ਤੋਂ ਆ ਰਹੀ ਸੀਗੀ ਫਗਵਾੜਾ ਦੇ ਵਿੱਚ, ਉੱਥੇ ਆ ਕੇ ਆਪਣੀ ਦਾਣਾ ਮੰਡੀ ਅਨਾਜ ਮੰਡੀ ਉੱਥੇ ਬੱਚੇ ਨੇ ਉਹਨਾਂ ਨਾਲ ਆ ਕੇ ਖੇਡਣਾ, ਉਹਨਾਂ ਨੂੰ ਪੜ੍ਹਾਈ ਬਾਰੇ ਪ੍ਰੇਰਿਤ ਕਰਨਾ, ਅਤੇ ਹੁਣ ਬਾਅਦ ਬਸ ਨਾਲ ਹੀ ਨੈਕਸਟ ਇਹ ਹੋ ਗਿਆ ਸੀ ਕਿ ਪੜ੍ਹਾਈ ਦੇ ਨਾਲ ਨਾਲ ਇਹਨਾਂ ਨੂੰ ਐਕਟੀਵਿਟੀਜ਼ ਬੱਚਿਆਂ ਨੂੰ ਹੋਣ, ਕਿਉਂਕਿ ਜਦੋਂ ਬੱਚੇ ਦਾ ਮਾਇੰਡ ਦੂਸਰੇ ਪਾਸੇ ਜਾਏਗਾ ਅਤੇ ਆਪਣੇ ਆਪ ਉਹਨਾਂ ਨੂੰ ਉਸ ਮਾਹੌਲ 'ਚ ਹੋਣ। ਅੱਜ ਤੁਸੀਂ ਕਿੰਨੇ ਬੱਚੇ ਚੁਣੇ ਹੈਗੇ ਆ ਜਿਹੜੇ ਤੁਸੀਂ ਲਗਾਓਗੇ? 25 ਬੱਚੇ ਨੇ ਜਿਨ੍ਹਾਂ ਦੇ ਡਾਕੂਮੈਂਟ ਕਲੀਅਰ ਨੇ, ਔਰ ਅਗਸਤ ਵਿੱਚ ਉਹਨਾਂ ਦੀ ਐਡਮਿਸ਼ਨ ਕਰਵਾਉਣੀ ਹੈ ਫਗਵਾੜਾ ਦੇ ਵਿੱਚ। ਜਿਹੜੇ 290 ਬੱਚੇ ਪਹਿਲਾਂ ਨਵਾਂ ਸ਼ਹਿਰ ਵਿੱਚ ਨੇ, ਉਹਦੇ ਵਿੱਚ ਕਿੰਨੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਹੋ? ਉਹਦੇ ਵਿੱਚ 100-125 ਬੱਚਾ ਹੀ ਪੜ੍ਹਦਾ ਹੋਏਗਾ, ਬਾਕੀ ਗੌਰਮੈਂਟ ਸਕੂਲ 'ਚ ਨੇ। ਅਤੇ ਤੁਹਾਡੀ ਸੰਸਥਾ ਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਅੱਜ ਤੱਕ ਮਿਲੀ? ਨਹੀਂ, ਕੋਈ ਸਹਾਇਤਾ ਨਹੀਂ। ਕਿਸੇ ਤਰ੍ਹਾਂ ਜਿੱਦਾਂ ਤੁਸੀਂ ਫਗਵਾੜੇ 'ਚ ਸ਼ੁਰੂ ਕਰਨ ਜਾ ਰਹੇ ਹੋ ਅਤੇ ਫਗਵਾੜੇ ਦੇ ਵਿੱਚ ਬੱਚੇ ਪੜ੍ਹਾਓਗੇ, ਅਤੇ ਕੀ ਕਮਿਸ਼ਨਰ ਸਾਹਿਬ ਨੇ ਤੁਹਾਨੂੰ ਕੀ ਭਰੋਸਾ ਦਿਲਾਇਆ ਇਸ ਬਾਰੇ? ਕਮਿਸ਼ਨਰ ਸਾਹਿਬ ਨੇ ਭਰੋਸਾ ਦਿਵਾਇਆ ਕਿਉਂਕਿ ਸਾਫ ਸਹਿਯੋਗ ਹੀ ਬਹੁਤ ਵੱਡਾ ਹੁੰਦਾ, ਕਿਉਂਕਿ ਜੇ ਤੁਹਾਡੇ ਨਾਲ ਬਲੈਸਿੰਗ ਔਰ ਅੱਛੇ ਪੋਜ਼ ਵਾਸਤੇ ਨਾਲ ਖੜੇ ਹੋ ਜਾਣ, ਇਹ ਮੇਰੇ ਹਿਸਾਬ ਨਾਲ ਬਹੁਤ ਵੱਡੀ। ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਤੁਸੀਂ ਇੱਕ ਉਪਰਾਲਾ ਸ਼ੁਰੂ ਕੀਤਾ ਹੈਗਾ ਪੋਲਿਊਸ਼ਨ ਦਾ, ਉਹ ਜਿਹੜਾ ਤੁਸੀਂ ਬੈਗ ਦਾ, ਉਹਦਾ ਥੋੜ੍ਹਾ ਬਰੀਫ ਕਰ ਦਿਓ ਬੈਗ। ਹਾਂਜੀ, ਬੈਗ ਉਹਨੇ ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਭਿੱਖਿਆ ਬੰਦ ਕਰ ਦਿਓ, ਮੰਗਣਾ ਬੰਦ ਕਰ ਦਿਓ, ਹੁਣ ਉਹਨਾਂ ਨੇ ਰੋਟੀ ਤਾਂ ਖਾਣੀ ਹੈ, ਫਿਰ ਉਹਨਾਂ ਨੇ ਮੰਗਣਾ ਬੰਦ ਕਰਕੇ ਉਹਨਾਂ ਦੀਆਂ ਮੰਮੀਆਂ ਨੇ ਬੈਗ ਤਿਆਰ ਕੀਤੇ, ਫਿਰ ਉਹ ਅਸੀਂ ਮਤਲਬ ਮਾਰਕੀਟ ਪ੍ਰੈਸਰ ਪਹੁੰਚਾਏ ਤਾਂ ਕਿ ਇਹਨਾਂ ਦਾ ਆਪਣਾ ਰੁਜ਼ਗਾਰ ਸ਼ੁਰੂ ਹੋ ਜਾਵੇ। ਅਤੇ ਹੁਣ ਫਗਵਾੜਾ ਦੇ ਵਿੱਚ ਹੁਣ ਇਹ ਸਟਾਰਟ ਹੈ ਕਿ ਇਹ ਕੋਸ਼ਿਸ਼ ਹੈ ਕਿ ਫਗਵਾੜਾ ਦੇ ਵਿੱਚ ਵੀ ਅਸੀਂ ਪੋਲੀਥੀਨ ਦਾ ਕਰਵਾਉਣਾ। ਬੈਗ ਤਿਆਰ ਤੁਸੀਂ ਕਰਵਾਓਗੇ ਫਗਵਾੜਾ ਵਿੱਚ? ਹਾਂਜੀ, ਇੱਥੇ ਵੀ ਕਰਵਾਵਾਂਗੇ ਕਿਉਂਕਿ ਜੇ ਇੱਥੇ ਕਰਨਾ ਫਿਰ ਇੱਥੇ ਵੀ ਤਾਂ ਰੁਜ਼ਗਾਰ ਚਾਹੀਦਾ, ਇਸ ਕਰਕੇ ਇੱਥੇ ਦੀਆਂ ਲੇਡੀਜ਼ ਨੂੰ ਵੀ ਬੈਗ ਤਿਆਰ ਕਰਵਾਉਣਾ। ਉਹ ਵੀ ਸੰਸਥਾ ਵੱਲੋਂ ਹੀ ਹੋਣਗੇ ਬੈਗ ਤਿਆਰ ਕਰਵਾਉਣੇ ਔਰ ਤੁਸੀਂ ਵੰਡਣੇ? ਹਾਂਜੀ ਹਾਂਜੀ, ਸੰਸਥਾ ਵੱਲੋਂ ਹੀ ਹੋਣਗੇ। ਅਤੇ ਵੰਡਣੇ ਵੀ ਫ੍ਰੀ? ਹਾਂਜੀ, ਵੰਡਣੇ ਵੀ ਫ੍ਰੀ ਹੈ, ਬਾਕੀ ਅੱਗੇ ਦੇਖੋ ਕਿ ਠੀਕ। ਸੰਸਥਾ ਪੂਰਾ ਸ਼ਹਿਰ ਦਾ ਸਹਿਯੋਗ ਹੈ, ਫਿਲਹਾਲ ਸੇਵਾ ਫੀਲਡ ਵਿੱਚ ਨਹੀਂ ਕਰ ਰਹੀ। ਮੁਸਕਾਨ ਜੀ, ਕਹਾਂ ਰਹਿਤੇ ਹੋ ਆਪ? ਨਵਾਂ ਸ਼ਹਿਰ। ਨਵਾਂ ਸ਼ਹਿਰ ਆਪ ਕਿਸ ਸੰਸਥਾ ਕੇ ਸਾਥ ਹੋ, ਕਿਸ ਕੇ ਸਾਥ ਰਹਿ ਰਹੇ ਹੋ?
ਆਪਣੇ ਮੰਮੀ ਪਾਪਾ ਕੇ ਸਾਥ ਔਰ ਹਮ ਜਬ ਛੋਟੇ ਛੋਟੇ ਥੇ ਤਬ ਦੀਦੀ ਆਏ ਥੇ ਔਰ ਹਮ ਜਬ ਮੰਗਤੇ ਥੇ ਔਰ ਫਿਰ ਦੀਦੀ ਆਏ ਔਰ ਫਿਰ ਉਹਨੇ ਹਮੇ ਸਮਝਾਇਆ ਕਿ ਮੰਗਣਾ ਬੁਰੀ ਬਾਤ ਹੋਤੀ ਔਰ ਫਿਰ ਵੋ ਹਮਾਰੇ ਘਰ ਘਰ ਆ ਕਰ ਉਹਨੇ ਹਮੇ ਪੜ੍ਹਾਇਆ ਕਿ ਸਕੂਲ ਕੈਸੇ ਜਾਤੇ ਹੈ ਕੈਸੇ ਬਿਲੀਵ ਕਰਤੇ ਹੈ ਔਰ ਫਿਰ ਉਹਨੇ ਹਮੇ ਸਕੂਲ ਲਗਾਇਆ ਔਰ ਹਮ ਅਭੀ ਸਕੂਲ ਜਾਤੇ ਹੈ ਔਰ ਅੱਛੀ ਪੜ੍ਹਾਈ ਕਰਤੇ ਹੈ ਔਰ ਫਿਰ ਸਕੂਲ ਸੇ ਆ ਕੇ ਹੋਮਵਰਕ ਹਮ ਦੀਦੀ ਕੇ ਪਾਸ ਕਰ ਜੈਸੇ ਆਪ ਪੜ੍ਹ ਲਿਖ ਕਰ ਪੜ੍ਹ ਰਹੇ ਹੋ ਪੜ੍ਹ ਕੇ ਬਾਅਦ ਜੈਸੇ ਦੀਦੀ ਤੁਹਾਰੇ ਕਾਮ ਕਰ ਰਹੀ ਹੈ ਪੜ੍ਹਨੇ ਕੇ ਬਾਅਦ ਕਿਆ ਤੁਹਾਰੇ ਮਨ ਮੇਂ ਵੀ ਐਸਾ ਵਿਚਾਰ ਹੈ ਕਿ ਆਪ ਲੋਕ ਵੀ ਕਿਸੀ ਕੋ ਗਾਈਡ ਕਰੋਗੇ ਮੈਨੂੰ ਲੱਗਦਾ ਹੈ ਕਿ ਮੈਂ ਵੀ ਪੜ੍ਹ ਕਰ ਦੀਦੀ ਜੈਸੀ ਬਣੂੰ ਔਰ ਬੱਚੋ ਕੀ ਹੈ देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे।